ਪੰਜਾਬ ਵਿੱਚ ਬੀਏ ਡੀ ਐਡਮਿਸ਼ਨ ਦੋ ਤਰ੍ਹਾਂ ਹੁੰਦੀ ਹੈ ਇੱਕ ਯੂਨੀਅਨ ਟੈਰੀਟਰੀ ਚੰਡੀਗੜ੍ਹ ਵਿੱਚ ਜਿਹੜੇ ਦੋ ਕਾਲਜ ਨੇ ਦੇਵਸਮਾਜਾ ਔਰ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਔਰ ਉਸਦੇ ਨਾਲ ਹੀ 70 ਸੀਟਾ ਯੋਗਾ ਤੇ ਸਪੈਸ਼ਲ ਐਜੂਕੇਸ਼ਨ ਦੀਆਂ ਨੇ ਦੂਸਰਾ ਪੰਜਾਬ ਵਿੱਚ 200 ਲਗਭਗ 200 ਦੇ ਕਰੀਬ ਜਿਹੜੇ ਕਾਲਜ ਨੇ ਉਹਨਾਂ ਵਿੱਚ ਐਡਮਿਸ਼ਨ ਦਾ ਪ੍ਰੋਸੀਜਰ ਚੱਲਦਾ ਹੈ ਇਸ ਵਾਰ ਦੋਨੋਂ ਐਂਟਰਸ ਟੈਸਟ ਜਿਹੜੇ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਕੰਡਕਟ ਕੀਤੇ ਜਾ ਰਹੇ ਨੇ ਔਰ ਯੂਨੀਅਨ ਟੈਰੀਟਰੀ ਦਾ ਜਿਹੜਾ ਐਂਟਰਸ ਟੈਸਟ ਹੈ ਉਹ ਕੰਡਕਟ ਹੋ ਚੁੱਕਾ ਹੈ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਇਹ ਉਹ ਪੇਪਰ ਹੈ ਇਸ ਦੇ ਰਾਈਟ ਆਨਸਰ ਅਸੀਂ ਡਿਸਕਸ ਕਰਾਂਗੇ ਸਟ੍ਰੈਟਜੀਸ ਡਿਸਕਸ ਕਰਾਂਗੇ ਜਿਹੜੀ ਤੁਹਾਡੀ ਹੈਲਪ ਕਰੇਗੀ ਕਿ ਪੰਜਾਬ ਵਿੱਚ ਜਿਹੜਾ ਟੈਸਟ ਹੋਣਾ ਹੈ ਉਸ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਹੈਲਪ ਹੋ ਸਕੇ ਤੇ ਅੰਦਾਜ਼ੇ ਲੱਗ ਸਕਣ ਕਿ ਕਿ ਇਹ ਜਿਹੜੇ 15 ਦਿਨ ਪਏ ਨੇ ਕਿਸ ਤਰ੍ਹਾਂ ਦੀ ਤਿਆਰੀ ਕਰਨੀ ਚਾਹੀਦੀ ਹੈ ਫਰਸਟ ਪਾਰਟ ਜਨਰਲ ਅਵੇਅਰਨੈਸ ਦਾ ਹੈ ਸਿਲੇਬਸ ਸੇਮ ਹੈ ਦੋਨਾਂ ਜਿਹੜੇ ਬੀਐਡ ਇੰਟਰਸ ਟੈਸਟ ਹੈ ਸੋ ਇਸ ਤੋਂ ਜਿਹੜਾ ਹੈ ਫਾਇਦਾ ਉਠਾਇਆ ਜਾ ਸਕਦਾ ਹੈ ਫਰਸਟ ਪਾਰਟ ਹੈ ਜਨਰਲ ਅਵੇਅਰਨੈਸ ਜਾਂ ਜੀਕੇ ਫਰਸਟ ਕੁਐਸਚਨ ਹੈ ਇੰਡੀਅਨ ਆਰਮੀ ਰੀਸੈਂਟਲੀ ਕੰਡਕਟਡ ਜੁਆਇੰਟ ਮਿਲਟਰੀ ਆਪਰੇਸ਼ਨ ਮੈਤਰੀ ਵਿਦ ਵਿਚ ਕੰਟਰੀਜ਼ ਆਰਮੀ ਅ ਆਨਸਰ ਹੈ ਇੰਡੋਨੇਸ਼ੀਆ ਬੀ ਇਜੀਪਟ ਥਾਈਲੈਂਡ ਅ ਵੇਟਨਾਮ ਅ ਰਾਈਟ ਆਨਸਰ ਇਹਦੇ ਵਿੱਚੋਂ ਹੈ ਰੈੱਡ ਕਲਰ ਦੇ ਨਾਲ ਜੇ ਦੱਸਣਾ ਹੋਵੇ ਤਾਂ ਥਾਈਲੈਂਡ ओके okay. uh, 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 ए एंबु बूची मेला इज एनुअल फेस्टिवल ऑफ व्हिच स्टेट আসাম सिक्किम मणिपुर नागालैंड आ आंसर है আসাম आ ਹੁਣ ਇਹ इंडिकेशन ਹੈ ਕਿ ਇਸ ਤਰ੍ਹਾਂ ਦੇ ਮੇਲੇ ਕਿਹੜੀ ਸਟੇਟ ਹਰ ਸਟੇਟ ਦਾ ਜਿਹੜਾ ਫੇਵਰਿਟ ਜਾਂ ਟਾਪ ਦਾ ਮੇਲਾ ਹੈ ਉਸ ਨੂੰ ਲਰਨ ਕੀਤਾ ਜਾ ਸਕਦਾ ਹੈ ਡੀਜੀ ਲੋਕਰ ਇਜ਼ ਫਲੈਗਸ਼ਿਪ ਇਨੀਸ਼ੀਏਟਿਵ ਆਫ ਵਿਚ ਮਿਨਿਸਟਰੀ ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ ਮਿਨਿਸਟਰੀ ਆਫ ਕਮਿਊਨੀਕੇਸ਼ਨ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਮਿਨਿਸਟਰੀ ਆਫ ਇਲੈਕਟ੍ਰੋਨਿਕ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਇਹ ਬਹੁਤ ਪੂਰ ਕੁਐਸਚਨ ਬਣਿਆ ਹੈ ਕਿਉਂਕਿ ਡੀਜੀ ਸ਼ਬਦ ਆਪਣੇ ਆਪ ਹੀ ਇੰਡੀਕੇਟ ਕਰ ਰਿਹਾ ਹੈ ਕਿ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਇੰਨੀ ਨੌਲੇਜ ਹੈ اسیے انسر رائٹ ਲੱਭ ਸਕਦੇ ਹਨ دوسرا ਹੈ ਡਿਲੀਸ਼ਨ میتھڈ ਕੇ ਕਮਰਸ ਦੇ ਇੰਡਸਟਰੀ ਨਾਲ ریلیਟਡ ਹੈ ਨਹੀਂ ਦਿਖਾਈ ਦੇ ਰਿਹਾ ਡਿਜੀਟ ਲਾਕਰ ਕਮਿਊਨੀਕੇਸ਼ਨ ਨਾਲ ਥੋੜਾ ਜਿਹਾ ਹੋ ਸਕਦਾ ਹੈ ਸਿਵਲ ਐਵੀਅਸ਼ਨ ਬਿਲਕੁਲ ਨਹੀਂ ਹੈ ਦੋ ਡਿਲੀਟ ਹੁੰਦੇ ਹੈ ਇਹਦੇ ਵਿੱਚੋਂ ਗੈਸ ਵੀ ਲਗਾਇਆ ਜਾ ਸਕਦਾ ਸੀ ਔਰ ਕਿਉਂਕਿ ਇਹ ਥੋੜਾ ਲੰਬਾ ਟੇਲ ਵਾਲਾ ਅਨਸਰ ਹੈ ਮੈਂ ਇਸ ਨੂੰ ਪ੍ਰੇਫਰ ਕਰਨਾ ਸੀ ਦੋ ਤਰੀਕਿਆਂ ਨਾਲ ਇਹ ਕੁਐਸਚਨ ਸੋਲਵ ਹੁੰਦਾ ਸੀ ਵਿਚ ਡੇ ਇਜ਼ ਅਬਜ਼ਰਵਡ ਐਸ ਅ ਨੈਸ਼ਨਲ ਐਂਟੀ ਟੈਰੋਰਿਜ਼ਮ ਡੇ ਐਨੂਲੀ ਮਈ 2021 22nd ਐਂਡ 23rd ਕਿਸ ਨੂੰ ਹੋਇਆ ਸੀ ਅ ਦੇਖੋ ਇਹ ਗੁੱਡ ਕੁਐਸਚਨ ਹੈ ਇਹ ਕਿਉਂਕਿ ਡਿਸਟਰੈਕਟਰ ਜਿਹੜੇ ਦੂਰ ਦੂਰ ਨਹੀਂ ਪਾਏ ਇਸ ਨੂੰ ਸਮਝੋ ਕਿ 20 ਆਰ ਇਨਕਰੀਜ਼ਿੰਗ ਆਰਡਰ ਚ ਹੈ 21 22 23 ਇਹ ਇਹ ਨਹੀਂ ਹੈ ਕਿ 20 20 1 25 اور uh, 30 ગેਪ ਨਹੀਂ ਜ਼ਿਆਦਾ ਰੱਖਿਆ ਗਿਆ ਰਾਈਟ ਆਨਸਰ 21 ਮਈ ਹੈ ਸੋ ਇਸ ਤਰ੍ਹਾਂ ਦੇ ਡੇਜ਼ ਵੀ ਲਰਨ ਕਰਨੇ ਇੱਕ ਵੀਡੀਓ ਆ ਜਾਏਗਾ ਇਸ ਤੇ ਵਟ ਆਰ আল্ট্রাসੋਨਿਕ ਸਾਊਂਡਸ ਸਾਊਂਡਸ ਆਫ ਫ੍ਰੀਕੁਐਂਸੀ ਅਬੋਵ 2 ਕਿਲੋ ਹਰ츠 ਸਾਊਂਡ ਆਫ ਫ੍ਰੀਕੁਐਂਸੀ ਅਬੋਵ 20 ਕਿਲੋ ਹਰ츠 ਦੇਖੋ ਇਹ ਨਾਲ ਇਸ ਦੀ ਫੁੱਲ ਫਾਰਮ ਵੀ ਕਿਤੇ ਪੁੱਛੀ ਜਾ ਸਕਦੀ ਹੈ ਸੋ 20 ਬੀ ਇਜ਼ ਰਾਈਟ ਆਨਸਰ ਇੱਥੇ ਹੈ ਨੈਕਸਟ ਹੈ ਵਿਚ ਆਫ ਦਿ ਫੋਲੋਇੰਗ ਗਿਵਸ ਮੈਕਸਿਮਮ એનર્ਜੀ ਆਫਟਰ ਬ੍ਰੇਕਿੰਗ ਡਾਊਨ ਔਰ ਫੈਟ 슈ਗਰ ਕਾਇਆ ਕਾਰਬੋਹਾਈਡਰੇਟ ਪ੍ਰੋਟੀਨ 1 ਗ੍ਰਾਮ ਵਿੱਚ ਹੁਣੇ ਮੈਨੂੰ ਕਿਉਂਕਿ ਸਿਮਰਨਜੀਤ ਸਰ ਫਿਜ਼ੀਕਲ ਐਜੂਕੇਸ਼ਨ ਦੇ ਨੇ ਬੜੀ ਡਿਟੇਲ ਬੜੇ ਪਿਆਰੇ ਢੰਗ ਨਾਲ ਦੱਸਿਆ ਕਿ 1 ਗ੍ਰਾਮ ਕਾਰਬੋਹਾਈਡਰੇਟ ਵਿੱਚ 4 ਕੈਲਰੀ ਹੁੰਦੀਆਂ ਪ੍ਰੋਟੀਨ ਵਿੱਚ 1 ਗ੍ਰਾਮ ਵਿੱਚ ਵੀ 4 ਕੈਲਰੀਜ਼ ਹੁੰਦੀਆਂ ਹਨ ਔਰ 슈ਗਰ ਕਾਰਬੋਹਾਈਡਰੇਟ ਦਾ 파ਟ ਹੈ ਇਸੇ ਤਰ੍ਹਾਂ ਸਰ ਦੱਸਿਆ ਤੁਸੀਂ ਔਰ ਫੈਟ ਵਿੱਚ 9 ਕੈਲਰੀਜ਼ ਹੁੰਦੀਆਂ ਸੋ ਆਨਸਰ ਤੁਹਾਡੇ ਸਾਹਮਣੇ ਹੈ ਐ ਮੈਕਸਿਮਮ એનર્ਜੀ 9 ਆਨਸਰ ਉਸ ਦਾ ਬਣ ਗਿਆ ਵਿਚ ਆਫ ਦੀ ਫੋਲੋਇੰਗ ਇਜ਼ ਅ ਟ੍ਰੈਡੀਸ਼ਨਲ ਥੀਟਰ ਆਫ ਹਰਿਆਣਾ ਸਵਾੰਗ ਤਮਾਸ਼ਾ ਹੈ ਤਮਾਸ਼ਾ ਦਸ਼ਵਤਾਰ ਔਰ ਨਟੰਕੀ ਕੁਐਸਚਨ ਗੁੱਡ ਹੈ ਰਾਈਟ ਆਨਸਰ ਸਵਾੰਗ ਹੈ ਨਾਰਮਲੀ ਅਸੀਂ ਇਹ ਵਰਤਦੇ ਵੀ ਹਾਂ ਜਿਹਨੂੰ ਪੰਜਾਬੀ ਥੀਏਟਰ ਪੜ੍ਹਦੇ ਹਾਂ ਜਾਂ ਡਰਾਮਾ ਪੜ੍ਹਦੇ ਹਾਂ ਐਮਏ ਵਿੱਚ ਅਸੀਂ ਪੜ੍ਹਿਆ ਹੈ ਰੰਜੀਤ ਸਾਗਰ ਡੈਮ ਤੇਰੀ ਡੈਮ ਇਜ਼ ਗਾਈਗੈਟਿਕ ਮਲਟੀ ਪਰਪਸ ਰਿਵਰ ਵੈਲੀ ਪ੍ਰੋਜੈਕਟ ਔਨ ਵਿਚ ਅਮੰਗ ਆਫ ਦੀ ਫਾਲੋਇੰਗ ਰਿਵਰ ਰਾਵੀ ਹੈ ਸਤਲੁਜ ਹੈ ਜੇਲਮ ਹੈ ਇੰਦੁਸ ਹੈ ਆਪਾਂ ਕਲਾਸਿਸ ਵਿੱਚ ਕੀਤਾ ਵੀ ਸੀ ਰਾਵੀ ਨੈਕਸਟ ਵਿਚ ਅਮੰਗ ਆਫ ਦੀ ਫਾਲੋਇੰਗ ਇਜ਼ ਲਾਰਜੈਸਟ ਟਾਈਬ ਗਰੁੱਪ ਆਫ ਇੰਡੀਆ ਗਰੁੱਪ ਆਫ ਇੰਡੀਆ ਗਰੁੱਪ ਹੈ ਹਨਾ ਅ ਸੋ ਮੇਰੇ ਮੁਤਾਬਕ ਮੈਂ ਜਿਹੜਾ ਪੜਿਆ ਹੈ ਉਹ ਭੀਲ ਹੈ ਮਹਾਰਾਸ਼ਟਰ ਆਰ ਇਹ 30% ਜਿਹੜੇ ਨੇ ਟ్రਾਈਬਲ ਏਰੀਆ ਉਹ ਭੀਲ ਵਿੱਚ ਨੇ ਲੇਕਿਨ ਕੀਜ਼ ਦੇ ਵਿੱਚ ਜੀਓ ਐਂਡ ਡੀ ਗੌਂਡਸ ਹੁਣ ਰਾਈਟ ਆਨਸਰ ਪਤਾ ਨਹੀਂ ਕਿਹੜਾ ਹੈ ਇੱਥੇ ਆਬਜੈਕਸ਼ਨੇਬਲ ਕਿਤੇ ਨਾ ਹੋਵੇ ਦੀ ਡਿਟੇਲ ਬਾਅਦ ਵਿੱਚ ਪੜੀ ਜਾ ਸਕਦੀ ਹੈ ਮੇਰੇ ਮੁਤਾਬਕ ਜੋ ਮੈਂ ਪੜਾਇਆ ਸੀ ਉਹ ਭੀਲ ਸੀ 38% ਜਿਹੜੇ ਨੇ ਟ్రਾਈਬਸ ਇਹਦੇ ਵਿੱਚ ਵੱਖ-ਵੱਖ ਸਟੇਟਸ ਤੇ ਇਹ ਪਾਈ ਜਾਂਦੇ 8 uh, ए ਨਾਲੇ ਜਿਹੜੀ 2011 ਦੀਆਂ ਸੈਂਸਸ ਹੋਈਆਂ ਉਹਦੇ ਵਿੱਚ ਵਿੱਚ ਲਏ ਡਾਟਾ ਹੈ ਉਸ ਤੋਂ ਬਾਅਦ ਸੈਂਸਸ ਨਹੀਂ ਹੋਈਆਂ ਇੰਡੀਆ ਹੈਜ਼ ਅ ਲੋਂਗੇਸਟ ਇੰਟਰਨੈਸ਼ਨਲ ਬਾਰਡਰ ਵਿਦ ਵਿਚ ਕੰਟਰੀ ਨੇਪਾਲ ਭੂਟਾਨ ਪਾਕਿਸਤਾਨ ਬੰਗਲਾਦੇਸ਼ ਜਿਨ੍ਹਾਂ ਨੇ ਕਲਾਸ ਦੀ ਤਿਆਰੀ ਕੀਤੀ ਹੈ ਉਹਨਾਂ ਨੂੰ ਨੁਕਤਾ ਦੱਸਿਆ ਸੀ ਕਿ ਯਾਦ ਰੱਖਣ ਦਾ ਕਿਉਂਕਿ ਉਹਦੇ ਜ਼ਿਆਦਾ ਚੀਜ਼ਾਂ ਯਾਦ ਰੱਖੀਆਂ ਸੀ ਕਿ ਜਿਹਦੇ ਜ਼ਿਆਦਾ ਸਪੈਲਿੰਗ ਹੈ ਪੰਗਲਾਦੇਸ਼ ਦੇ ਜ਼ਿਆਦਾ ਸਪੈਲਿੰਗ ਹੈ ਇਹਦਾ ਬਾਰਡਰ ਵੀ ਸਭ ਤੋਂ ਜ਼ਿਆਦਾ ਤੋਂ ਰਾਈਟ ਆਨਸਰ ਇੱਥੇ ਏ ਬਣ ਗਿਆ ਨੈਕਸਟ ਹੈ ਵਿਚ ਆਫ ਦਿ ਫੋਲੋਇੰਗ ਟਰਮ ਡਿਸਕ੍ਰਾਈਬ ਪਾਰਟ ਆਫ ਕ੍ਰਿਕਟ ਬੈਟ ਇਹ ਮੈਨੂੰ ਕੁਝ ਵੀ ਨਹੀਂ ਪਤਾ ਸੀ ਕ੍ਰਿਕਟ ਬੈਟ ਕੀ ਚੀਜ਼ ਹੈ ਲੇਕਿਨ ਮੈਂ ਅੰਦਾਜ਼ਾ ਲਾ ਰਿਹਾ ਆਪਸ਼ਨ ਕੀ ਹੈ ਆਈ ਟੂ ਲੈਗ ਹੈਂਡ ਸ਼ੋਲਡਰ ਟੂ ਨੈਕ ਸ਼ੋਲਡਰ ਹੁਣ ਕ੍ਰਿਕਟ ਹੈ ਜਦੋਂ ਖੇਡਦੇ ਆ ਮੇਰੇ ਖਿਆਲ ਤਾਂ ਸ਼ੋਲਡਰ ਦਾ ਜ਼ੋਰ ਲੱਗਦਾ ਹੈ ਮੈਂ ਅੰਦਾਜ਼ਾ ਲਾ ਕੇ ਦੱਸ ਰਿਹਾ ਕਿ ਮੈਂ ਕਿਦਾਂ ਸੋਚ ਕੇ ਇਸ ਦਾ ਆਨਸਰ ਤੇ ਪਹੁੰਚਣਾ ਸੀ ਹੋ ਸਕਦਾ ਮੇਰਾ ਗਲਤ ਹੋਵੇ ਸੋ ਸ਼ੋਲਡਰ ਨੂੰ ਮੈਂ ਜ਼ਰੂਰ ਫੋਕਸ ਕਰਨਾ ਹੀ ਸ਼ੋਲਡਰ ਹੈ ਨਾ ਤੇ ਗਿਆ ਸ਼ੋਲਡਰ ਦੇ ਨਾਲ neck ਦਾ ਜ਼ੋਰ ਨਹੀਂ ਜ਼ਿਆਦਾ toe ਦਾ ਦਿਖਾਈ ਦੇ ਰਿਹਾ ਹੈ ਤੇ ਮੈਂ ਸੀ ਨੂੰ ਰਾਈਟ ਆਨਸਰ ਜਿਹੜਾ ਕਿ ਅਸਲੀ ਰਾਈਟ ਆਨਸਰ ਹੈ ਉੱਥੇ ਪਹੁੰਚ ਜਾਣਾ ਸੀ ਹੂ ਇਜ਼ ਦੀ ਫਰਸਟ ਇੰਡੀਅਨ ਬੈਡਮਿੰਟਨ ਪਲੇਅਰ ਟੂ ਅਚੀਵ ਵਰਲਡ ਨੰਬਰ 1 ਰੈਂਕਿੰਗ ਇਨ ਬੈਡਮਿੰਟਨ ਸੋ ਪ੍ਰਕਾਸ਼ ਪਾਡੂ ਕੋਨੇ ਪਾਡੂ ਕੋਨ ਅੱਛਾ ਅੱਛਾ ਦੀਪਿਕਾ ਪਾਡੂ ਕੋਨ ਦੇ ਫਾਦਰ ਨੇ ਨੇਚਰਲੀ ਇਹ ਰਿਪੀਟ ਨਹੀਂ ਹੋਣ ਹੋਏਗਾ ਚੇਤਨਾਨੰਦ ਬਾਕੀ ਨਹੀਂ ਨੇ ਰਾਈਟ ਆਨਸਰ ਕੇ ਚਲਦੇ ਹਾਂ ਅ ਅਮ੍ਰਿਤ ਅਮ੍ਰਿਤਾ ਸ਼ੇਰਗਿਲ ਵਾਸ ਐਸੋਸੀਏਟਡ ਵਿਦ ਵਿਚ profession ਅ ਸਪੋਰਟਸਮੈਨ ਹੈ ਪੋਲੀਟੀਸ਼ੀਅਨ ਹੈ ਪੇਂਟਰ ਹੈ ਰਾਈਟਰ ਹੈ ਅ ਸੋ ਪੇਂਟਰ ਅ ਰਾਈਟ ਆਨਸਰ ਇਜ਼ ਪੇਂਟਰ ਜਿਹੜਾ ਆਨਸਰ ਕੀਚ ਹੈ ਹੂ ਇਜ਼ ਇੰਡੀਆਜ਼ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਅ ਵੇਰ ਗੀਜ਼ ਕੁਰੇਨ ਧਿਆਨ ਚੰਦ ਦੇਖੋ ਮੈਂ ਡਿਲੀਟ ਕਰਤਾ ਧਿਆਨ ਚੰਦ ਤਾਂ ਉਹ ਹਾਕੀ ਟੂਰਨਾਮੈਂਟ ਉਸ ਦੇ ਖਿਡਾਰੀ ਬੜੇ ਉਹ ਰਹੇ ਨੇ ਨਾ ਅ ਇਹ ਕਿਹਾ ਵਿਕਰਮ ਸਾਰਾ ਭਾਈ ਇਹਤੇ ਡਾਊਟ ਹੈ ਇਹਨਾਂ ਦੋਨਾਂ 'ਚੋਂ ਮੈਨੂੰ ਇੱਕ ਲੱਗਦਾ ਹੈ ਵੈਸੇ ਰਾਈਟ ਆਨਸਰ ਹੈ ਐਮ ਐਸ ਸੁਆਮੀ ਨਾਥਨ ਇਹਨਾਂ ਦੀ ਰਿਪੋਰਟ ਵੀ ਹੈਗੀ ਸੁਆਮੀ ਨਾਥਨ ਦੀ ਹਾਂ ਸੁਆਮੀ ਨਾਥਨ ਰਿਪੋਰਟ ਹੈ ਬਿਲਕੁਲ ਗ੍ਰੀਨ ਰੈਵੋਲੂਸ਼ਨ ਤੇ ਇਹ ਫਿਰ ਪੰਜਾਬ 'ਚ ਆਇਆ ਸੀ ਕਾਰਨ ਇਹ ਕਿ ਐਕਸਪੈਰੀਮੈਂਟ ਇੱਥੇ ਕੀਤਾ ਗਿਆ ਸੀ रिपोर्ट लागू करो ओ माय गॉड हां अ इते उदो मैं चलो मेरे नाल ਕੋਈ ਸੀ ਉਹਨਾਂ ਤੇ ਅੱਛੀ ਡਿਸਕਸ਼ਨ ਹੋਈ ਸੀ ਅ ਸਰ ਇਹ ਕਹਿ ਰਹੇ ਨੇ ਕਿ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਸਮਾਵੀ ਨਾਥਨ ਜਿਹੜੀ ਇਹਨਾਂ ਦੀ ਰਿਪੋਰਟ ਸੀ ਉਹ ਲਾਗੂ ਕੀਤੀ ਜਾਵੇ ਇਹ ਤਾਂ ਜੋ ਕਿਸਾਨਾਂ ਦੇ ਮਾਮਲੇ ਹੱਲ ਹੋ ਸਕਣ ਇਟ ਮੀਨਸ ਜੋ ਹੁਣ ਗਵਰਨਮੈਂਟ ਕਰਨਾ ਚਾਹੁੰਦੀ ਹੈ ਇਹਨਾਂ ਦੀ ਰਿਪੋਰਟ ਤੋਂ ਥੋੜਾ ਉਲਟ ਹੈ ਹਟੋ ਕਮੇਟੀ ਵਾਸ ਅਪੁਆਇੰਟਡ ਇਨ ਵਿਚ ইয়ার এ প্রি-ਇੰਡੀਪੈਂਡੈਂਸ ਪੀਰੀਅਡ ਚ ਜਿਹੜੇ ਕੀਤੇ ਸੀ ਸੀ ਆ ਰਾਈਟ ਆਨਸਰ ਹੈ 29 1929 এ ਇਹਨਾ ਯਾਦ ਰੱਖਣਾ ਹੈ ਇਹ ਨਹੀਂ ਆ ਚੱਲਦੇ ਆ ਅੱਗੇ ਹੂ ਮੰਗ ਆਫ ਦਿ ਫਾਲੋਇੰਗ ਇਜ਼ ਅ ਰਾਈਟਰ ਆਫ ਕਿਤਾਬੁਲ ਹਿੰਦ ਕੌਣ ਹੈ ਇਹ ਪੜੇ ਨਹੀਂ ਜਾ ਰਹੇ ਮੇਰੇ ਕੋਲ ਤਾਂ ਆ ਮਾਲਿਕ ਇਬਨ ਦਿਨਾ ਨਹੀਂ ਪੜੇ ਜਾ ਰਹੇ ਰਾਈਟ ਆਨਸਰ ਹੈ ਅਲ ਹਾਂ ਇਹ ਤਾਂ ਨਾ ਬਹੁਤ ਜ਼ਿਆਦਾ ਸੁਣਿਆ ਹੈ ਅਲ ਬਰੂਨੀ ਬਹੁਤ ਸੁਣਿਆ ਹੈ ਨਾਮ ਫੇਮਸ ਨਾਮ ਹੈ ਪਤਾ ਲੱਗ ਜਾਂਦਾ ਹੈ ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ ਸਟੇਟਮੈਂਟ ਅਬਾਊਟ ਇੰਡੂ ਵੈਲੀਜ਼ ਸਿਵਲਾਈਜ਼ੇਸ਼ਨ ਇਹਨਾਂ ਦੇ ਵਿੱਚੋਂ ਬੋਥ ਹਰੱਪਾ ਐਂਡ ਮਹਨਜੋਦੜੋ ਆਰ ਲੋਕੇਟਿਡ ਔਨ ਬੈਂਕ ਆਫ ਇੰਦੂਸ ਵੈਲੀ ਰਿਵਰ ਬੋਥ ਨਹੀਂ ਪੜਿਆ ਜਾ ਰਿਹਾ ਸਰ ਕੀ ਹੈ ਦੇਖੋ ਇੱਥੋਂ ਬੋਥ ਦਾ ਚੰਦਾਰੂ ਐਂਡ ਚੰਦਾਰੂ ਐਂਡ ਕਾਲੀ ਬੰਗਨ ਵਰ ਲੋਕੇਟਿਡ ਵਿਦ ਦਾ ਬਾਉਂਡਰੀਜ਼ ਆਫ ਦਾ ਪ੍ਰੈਜ਼ੈਂਟ ਰਾਜਸਥਾਨ ਬੋਥ ਸੁਰਕੋ ਟਾਡਾ ਸੁਰਕੋ ਟਾਡਾ ਸੁਰਕੋ ਟਾਡਾ ਇੱਥੇ ਲਿਖਦਾ ਸੁਰਕੋ ਟਾਡਾ ਟਾਡਾ ਸੁਰਕੋ ਟਾਡਾ ਐਂਡ ਧੋਲਾਵੀਰਾ ਧੋਲਾਵੀਰਾ ਸੁਣਿਆ dholavira all located in kachh of gujarat uh, a difficult question hai uh, lothal site was located on the bank of narmada uh, river right answer is c answer key de vich jehda ditta gaya hai c hai 18th question hai who is the author of growth and finance book uh, bimal jain jalan uh, k subrao uh, c ਰਾਂਗਾ ਰੰਗਰਾਜਨ ਰੰਗਰਾਜਨ ਤਾਂ ਉਹ ਨਹੀਂ ਉਹ ਕਸਤੂਰੀ ਲਾਲ ਉਹ ਜਿਹੜੇ ਨੇ ਉਹਨਾਂ ਦਾ ਨਾਮ ਹੈ ਕਸਤੂਰੀ ਨੰਦਨੋ 2020 ਦੀ ਜਿਹੜੀ ਉਹਨਾਂ ਨੇ ਉਹ ਲਿਖੀ ਹੈ ਪਾਲਿਸੀ ਅਮਰਿਤ ਸੇਨ ਸੋ ਸੀ ਇਜ਼ ਰਾਈਟ ਆਨਸਰ ਰਾਨ ਰੰਗ ਰਾਜਾ ਰੰਗਾ ਰਾਜਨ ਹੈ ਰੰਗਾ ਰਾਜਨ ਰੰਗ ਰਾਜਨ ਰੰਗ ਰਾਜਨ ਇੰਟਰਨੈਸ਼ਨਲ ਲਿਟਰੇਸੀ ਡੇ ਇਜ਼ ਆਬਜ਼ਰਵਡ ਆਨ 5 ਸਤੰਬਰ ਨੂੰ ਯੈਸ ਬਿਲਕੁਲ ਰਾਈਟ ਆਨਸਰ ਟੀਚਰ ਡੇ ਕਦੋਂ ਮਨਾਉਣੇ ਆ ਲੇਕਿਨ ਇਥੇ ਟੀਚਰ ਡੇ ਨਹੀਂ ਪੁੱਛਿਆ ਗਿਆ 5 ਸਤੰਬਰ ਨੂੰ ਟੀਚਰ ਡੇ ਮਨਾਉਣੇ ਆ ਉਸ ਤੋਂ ਥੋੜੀ ਦੇਰ ਬਾਅਦ ਅਸੀਂ ਲਿਟਰੇਸੀ ਡੇ ਮਨਾ ਲੈਣੇ ਆ 8 ਮਾਰਚ ਦੇ 22 April ਦੇਖੋ ਹੁਣ ਕਾਫੀ ਡਿਸਟੈਂਸ ਵਾਲਾ ਇੱਥੇ ਡਿਸਟਰੈਕਟਰ ਜਿਹੜੇ ਨੇ ਪੂਰ ਹੋ ਗਏ ਸੋ ਇਹ ਸਿਮਿਲਰ ਨੇੜੇ-ਨੇੜੇ ਨੇ ਜਿਹੜੇ ਵਿੱਚ ਰਾਈਟ ਆਨਸਰ ਪਿਆ ਜਿੱਥੇ ਸਿਮਿਲੈਰਿਟੀ ਹੈ ਜ਼ਿਆਦਾ ਉੱਥੇ ਰਾਈਟ ਆਨਸਰ ਹੋਉਂਦੀ ਔਰ ਓਪੋਜੀਸ਼ਨ ਜਿੱਥੇ ਜ਼ਿਆਦਾ ਹੈ ਦੋ ਆਪਸ਼ਨ ਦੀ ਉੱਥੇ ਰਾਈਟ ਆਨਸਰ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਖੀਰ ਭਵਾਨੀ ਟੈਂਪਲ ਇਜ਼ ਲੋਕੇਟਡ ਇਨ ਵਿਚ ਸਟੇਟ ਔਰ ਯੂਨੀਅਨ ਟੈਰੀਟਰੀ ਸਿੱਕਮ ਮੇ ਹੈ ਨਹੀਂ ਅਸਾਮ ਮੇ ਨਹੀਂ ਲਕਸ਼ਦੀਪ ਮੇ जी एंड के में जम्मू एंड कश्मीर में खीर भवानी टेंपल अ नेक्स्ट हां खीर गंगा खीर गंगा हां ओदे नाल एसोसिएट ਕੀਤਾ ਜਾ ਸਕਦਾ ਜੇ ਸਾਨੂੰ ਇਹ ਪਤਾ ਕਿ ਖੀਰ ਗੰਗਾ ਉਧਰ ਵਹਿੰਦੀ ਹੈ टीचिंग पोटेंशियल ਦੇ ਕੁਐਸਚਨ ریلیਟਿਵਲੀ ਸੌਖੇ ਨੇ ਵੈਨ ਰੂਸਾ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਕਿਉਂਕਿ ਇਸ ਦੀ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਹੈ ਹਾਇਰ এডਿਕੇਸ਼ਨ ਸਾਰੇ ਅਭਿਆਨ ਆਪਾਂ ਕਰਨੇ ਆ ਹਜੇ ਕਦੋਂ ਸ਼ੁਰੂ ਹੋਇਆ Uh, uh, 20 ਵਿੱਚ 16 ਵਿੱਚ 13 ਵਿੱਚ ਅ 18 ਵਿੱਚ ਆ ਰਾਈਟ ਆਨਸਰ ਇਜ਼ 13 ਵਿੱਚ ਅ ਵਟ ਡਸ ਆਰਟੀਕਲ 21 ਹੁਣ 21ਏ ਨਹੀਂ ਹੈ 21ਏ ਜਿਹੜਾ ਹੈ ਰਾਈਟ ਟੂ ਐਜੂਕੇਸ਼ਨ ਤੇ 21 ਕਿਹੜਾ ਹੈ ਇਹ ਪੁੱਛਿਆ ਗਿਆ ਹੈ ਅ 21 ਆਫ ਇੰਡੀਅਨ ਕਨਸਟੀਟਿਊਸ਼ਨ ਗਾਰੰਟੀਡ ਰਾਈਟ ਟੂ ਇਕੁਐਲਿਟੀ ਸਾਨੂੰ ਪਤਾ ਹੈ 14 ਹੈ ਹਨ ਰਾਈਟ ਟੂ ਲਾਈਫ ਦੇ ਨਾਲ ਜਿਹੜੀ এডਿਕੇਸ਼ਨ ਸਭ ਤੋਂ ਜ਼ਿਆਦਾ ਮਿਲ ਰਹੀ ਹੈ ਕਿਉਂਕਿ ਇਹਦੇ ਵਿੱਚ ਇਨਸਰਟ ਨਾਲ ਕੀਤਾ ਗਿਆ ਹੈ ਸੋ ਇਹਦੇ ਇਹਨੂੰ ਇੱਥੇ ਸ਼ੱਕ ਕੀਤਾ ਜਾ ਸਕਦਾ ਹੈ ਮੰਨ ਲਓ ਮੈਨੂੰ ਨਹੀਂ ਹੈ ਪਤਾ ਇਸ ਤਰ੍ਹਾਂ ਸੋਚ ਰਹੇ ਹਾਂ ਰਾਈਟ ਅਗੇਂਸ ਐਕਸਪਲੋਇਟੇਸ਼ਨ ਇਹ ਪੱਕਾ ਮੈਨੂੰ ਪਤਾ ਨਹੀਂ ਹੈ ਡਿਲੀਟ ਕੀਤਾ ਔਰ ਰਿਲੀਜੀਅਨ ਇਹ ਵੀ ਨਹੀਂ ਹੈ ਸੋ ਸਾਰਾ ਰਾਈਟ ਆਨਸਰ ਜਿਹੜਾ ਹੈ ਬੀ ਚ ਜਾ ਰਿਹਾ ਹੈ ਗੈਸ ਵਰਕ ਦੇ ਨਾਲ ਵੀ ਔਰ ਕੀ ਵੀ ਇਹੀ ਕਹਿ ਰਹੀ ਹੈ ਹੂ ਹੈਜ਼ ਦਾ ਪਾਵਰ ਟੂ ਡਿਸੋਲਵ ਲੋਕ ਸਭਾ ਪ੍ਰਾਈਮ ਪ੍ਰੈਜ਼ੀਡੈਂਟ ਇਜ਼ ਦਾ ਰਾਈਟ ਆਨਸਰ ਅਸੀਂ ਕੀਤਾ ਸੀ ਐਨ ਸੀ ਟੀ ਪਿਛਲੇ ਸਾਲ ਵੀ ਆਇਆ ਹਰ ਸਾਲ ਹੀ ਆ ਜਾਂਦਾ ਹੈ ਫੁੱਲ ਫਾਰਮ ਨੈਸ਼ਨਲ ਕਾਉਂਸਲ ਫਾਰ ਟੀਚਰ ਐਜੂਕੇਸ਼ਨ ਟੀਚਰ ਐਜੂਕੇਸ਼ਨ ਮੈਂ ਯਾਦ ਰੱਖਣ ਲਈ ਕਿਹਾ ਸੀ ਔਰ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਫੋਰ ਦੀ ਜਗ੍ਹਾ ਆਫ ਪਾ ਦਿੱਤਾ ਜਾਂਦਾ ਹੈ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਇਹ ਗੱਲ ਯਾਦ ਰੱਖਣੀ ਹੈ ਵਿਚ ਆਫ ਦਾ ਫੋਲੋਇੰਗ ਇਜ਼ ਅਨ ਆਡੀਓ ਵਿਜ਼ੂਅਲ ਐਡ ਪਿਛਲੇ ਪੇਪਰ ਚ ਉਹ ਰਿਪੀਟ ਹੋਏ ਕੁਐਸਚਨ ਨੇ ਇਹ ਬੁਲੇਟਿਨ ਬੋਰਡ ਹੈ ਬੁਲੇਟਿਨ ਬੋਰਡ ਦੇਖ ਸਕਦੇ ਹਾਂ ਫਲੈਨਨ ਬੋਰਡ ਹੈ ਦੇਖ ਸਕਦੇ ਆ ਬੋਰਡ ਹੈ ਦੇਖੋ ਬੋਰਡ ਆ ਗਿਆ ਜਿੱਥੇ ਉਹ ਬੋਲੇਗਾ ਨਹੀਂ ਹਨਾ ਦੇਖੋ ਕਿਦਾਂ ਸੋਚਣਾ ਹੈ ਆ ਆਡੀਓ ਵਿਜ਼ੂਅਲ ਹੈ ਇਹ ਵਿਜ਼ੂਅਲ ਹੈ ਇਹ ਵਿਜ਼ੂਅਲ ਹੈ ਔਰ ਐਪੀ ਡਾਇਾਸਕੋਪ ਇੱਕ ਤੁਸੀਂ ਬੁੱਕ ਦੀ ਇਮੇਜ ਜਾਂ ਬੁੱਕ ਰੱਖ ਦਿੱਤੀ ਹੈ ਉਹ ਪ੍ਰੋਜੈਕਟ ਹੁੰਦੀ ਹੈ ਸੋ ਇਮੇਜ ਹੈ ਦਿਖਾਈ ਦਿੰਦੀ ਵਿਜ਼ੂਅਲ ਹੈ ਹੁਣ ਇੱਥੇ ਸਿਰਫ ਇੰਨੀ ਗੱਲ ਹੀ ਹੈ ਫਿਲਮ ਜਿਹੜੀ ਅਸੀਂ ਦੇਖਦੇ ਆ ਕਿ ਉਹ ਆਡੀਓ ਵੀ ਹੈ ਔਰ ਉਹ ਵਿਜ਼ੂਅਲ ਵੀ ਹੈ so that is why right answer audiovisual aid are related to perceptual apparatus audible uh, apparatus none of these both a and b uh, right answer is hun uh, do main ek nukta bhi ditta si jithe ਬੋਥ ਆਂਦਾ ਹੈ ਰਾਈਟ ਆਨਸਰ ਦੀ ਪ੍ਰੋਬੈਬਿਲਟੀ ਉਸ ਦੀ ਜ਼ਿਆਦਾ ਹੁੰਦੀ ਹੈ ਨਨ ਜਿੱਥੇ ਆਂਦਾ ਹੈ ਉਹ ਉਸ ਦੀ ਪ੍ਰੋਬੈਬਿਲਟੀ ਸਭ ਤੋਂ ਘੱਟ ਸਭ ਤੋਂ ਵੱਧ ਹੁੰਦੀ ਰੋਂਗ ਹੋਣ ਦੀ ਜਿੱਥੇ ਆਲ ਆਫ ਦੀ ਆਂਦਾ ਹੈ ਇਹ ਹੁਣ ਪਾਉਣੇ ਬੰਦ ਕਰ ਦਿੱਤੇ ਆਲ ਵਾਲੇ ਇਹ ਰਾਈਟ ਆਨਸਰ ਦੀ ਪ੍ਰੋਬੈਬਿਲਟੀ ਜ਼ਿਆਦਾ ਹੈ ਤੇ ਬੋਥ ਦੀ ਜ਼ਿਆਦਾ ਹੁੰਦੀ ਹੈ ਸੋ ਇੱਥੇ ਰਾਈਟ ਆਨਸਰ ਬੋਥ ਹੀ ਹੈ ਵਨ ਆਫ ਦੀ ਮੇਜਰ ਫੰਕਸ਼ਨ ਆਫ SCEART ਪ੍ਰੀ ਸਰਵਿਸ ਐਂਡ ਇਨ ਸਰਵਿਸ ਟੀਚਰ ਟ੍ਰੇਨਿੰਗ ਤੁਸੀਂ ਜੇ ਐਨਾ ਸੁਣਿਆ ਹੋਵੇ ਕਿ ਡਾਈਟਸ ਡਿਸਟ੍ਰਿਕਟ ਇੰਸਟੀਟਿਊਟ ਆਫ ਐਜੂਕੇਸ਼ਨਲ ਐਂਡ ਟ੍ਰੇਨਿੰਗ ਹਨਾ ਡਾਈਟਸ ਦਾ ਕੀ ਕੰਮ ਹੈ ਡੀ ਐਲ ਐਡ ਕਰਾਣਾ ਜਿਸ ਨੂੰ ਪਹਿਲਾਂ ਈ ਟੀ ਟੀ ਕਿਹਾ ਜਾਂਦਾ ਸੀ ਉਸ ਤੋਂ ਪਹਿਲਾਂ ਜੇ ਬੀ ਟੀ ਕਿਹਾ ਜਾਂਦਾ ਸੀ ਹੋਰ ਬਾਕੀ ਸਟੇਟਸ ਦਾ ਵੱਖਰਾ ਨਾਮ ਹੈ ਜੇ ਪੁੱਛਿਆ ਜਾਵੇ ਕਿ ਐਨ ਸੀ ਟੀ ਨੇ ਇੱਕ ਕਾਮਨ ਟਰਮ ਦਿੱਤੀ ਹੈ ETT ਲਈ ਦੇ ਕੋਰਸ ਲਈ ਐਲੀਮੈਂਟਰੀ టీచర్ ట్రైనింగ్ ਲਈ ਉਹ ਕਿਹੜੀ ਹੈ ਉਹ ਡਿਪਲੋਮਾ ਇਨ ਐਲੀਮੈਂਟਰੀ এডਿਕੇਸ਼ਨ ਇਹ ਵਰਤਨ ਲਿਖਿਆ ਹੈ दैट इज व्हाई స్టੈਂਡਰਡਾਈਜ਼ਡ टर्म ਜਿਹੜੀ ਇਹ ਹੈ ਹੁਣ ਅਭੀ ਅਸੀਂ ETT ਕਹਿ ਰਹੇ ਹਾਂ ਲੇਕਿਨ ਸਟੈਂਡਰਡਾਈਜ਼ਡ टर्म ਇਹ ਇਹ ਵਾਲੀ ਹੈ ਸੋ ਇਹ ਕੀ ਹੈ టీచర్ ਐਲੀਮੈਂਟਰੀ టీਚਰ ਤੇ ਉਹ ਕਿੱਥੇ ਹੁੰਦੀ ਹੈ ਡਾਈਟਸ ਡਾਈਟਸ ਕਿਨ ਨੂੰ ਕੌਣ ਕੰਟਰੋਲ ਕਰਦੀ ਹੈ SCERT ਇਸ ਦੇ ਨਾਲ ਮੈਂ ਇਹ ਦੱਸਿਆ ਹੈ ਕਿ ਇਸ ਨਾਲ ਬਾਕੀ ਕੁਐਸਚਨ ਵੀ ਸੋਲਵ ਹੋ ਸਕਦੇ ਹੋ ਸੋ ਪ੍ਰੀ ਸਰਵਿਸ ਵੀ ਇਨ ਸਰਵਿਸ ਪ੍ਰੀ ਸਰਵਿਸ ਦੇ ਵਿੱਚ ਕੀ ਆ ਜਾਂਦਾ ਹੈ ਤੁਹਾਡੇ D.El. Uh, D.El.Ed ਹਣਾ ਉਹ ਆ ਗਈ ਹੈ ਇਨ ਸਰਵਿਸ ਜਦੋਂ ਦੇ ਟੀਚਰ ਬਣ ਗਏ ਔਰ ਰਿਸਰਚ ਸਟੱਡੀਜ਼ ਇਨ ਵੇਰੀਅਸ ਪ੍ਰੋਬਲਮ ਇਹ ਵੇਗ ਹੈ ਪ੍ਰੋਵਾਈਡ ਗ੍ਰਾਂਟ ਫਾਰ ਪ੍ਰੋਜੈਕਟਸ ਵੇਗ ਹੈ ਨਨ ਆਫ ਦਿ ਵਧੀ ਹੁੰਦਾ ਹੀ ਨਹੀਂ ਹੈ ਸੋ ਇਹ ਪੂਰ ਕੁਐਸਚਨ ਹੈ ਇਸ ਤੇ ਗੈਸ ਵੀ ਲਗਾਇਆ ਜਾ ਸਕਦਾ ਹੈ which of the following is true regarding informal education informal education ਜਿਸ ਦੇ ਕੋਈ ਵੀ ਸਿੱਖਣ ਦਾ ਟਾਈਮ ਨਹੀਂ ਹੈ ਪੀਰੀਅਡ ਨਹੀਂ ਲੱਗਦਾ ਤੁਸੀਂ ਕਿਤੇ ਵੀ ਘਟਨਾ ਘਟਦੀ ਹੈ ਫਿਲਮ ਦੇਖਦੇ ਵੀ ਨਹਾਉਂਦੇ ਹੋਏ ਵੀ ਗੋਂਦੇ ਹੋਏ ਵੀ ਕੁਛ ਵੀ ਦੇਖਦੇ ਹੋਏ ਸੜਕ ਤੇ ਜਾਂਦੇ ਹੋਏ ਸਿੱਖ ਸਕਦੇ ਆ ਅ ਸੋ ਇਟ ਹੈਜ਼ ਫਿਕਸਡ ਮੈਥਡ ਫਿਕਸਡ ਆ ਗਿਆ ਨਾ ਫਿਕਸਡ ਕਰਕੇ ਲੱਗਿਆ ਫਿਫਥ ਫਾਰਮਲ ਇਹ ਸ਼ੁਰੂ ਵਿੱਚ ਆਪਾਂ ਸਿੱਖਿਆ ਸੀ ਇਨਵੋਲਵ ਔਰਗੇਨਾਈਜ਼ਡ ਇੰਸਟੀਟਿਊਸ਼ਨ ਫਾਰਮਲ ਵੱਲ ਜਾ ਰਿਹਾ ਹੈ ਫਿਕਸਡ ਏਮ ਫਾਰਮਲ ਵੱਲ ਜਾ ਰਿਹਾ ਹੈ ਸੋ ਇਹ ਸਾਰੇ ਫਾਰਮਲ ਦੇ ਪਾਏ ਹੋਏ ਨਨ ਆਫ ਥੀਸ ਇੱਥੇ ਰਾਈਟ ਆਨਸਰ ਹੋ ਗਿਆ ਜਿਹੜਾ ਮੈਂ ਨੁਰਕਤਾ ਦੱਸਿਆ ਸੀ ਉਸਦੇ ਬਿਲਕੁਲ ਉਲਟ ਨਾ ਨਨ ਆਫ ਥੀਸ ਰਾਈਟ ਆਨਸਰ ਹੋ ਗਿਆ ਆ ਵਾਈ ਗਵਰਨਮੈਂਟ ਆਫ ਇੰਡੀਆ ਵਿਲ ਕਨਸਟੀਟੂਟ ਜੈਂਡਰ ਇਨਕਲੂਜਨ ਫੰਡ ਇਨ ਨਿਊ ਐਜੂਕੇਸ਼ਨ ਪਾਲਿਸੀ 2020 ਮੈਂ ਕਿਹਾ ਸੀ ਇਹ ਤੇ ਕੁਐਸਚਨ ਆਏਗਾ ਲੇਕਿਨ ਜਿਹਨਾਂ ਨੇ ਫੀਡਬੈਕ ਦਿੱਤੀ ਉਹ ਦੱਸ ਨਹੀਂ ਸਿੱਕੇ ਸੋ ਟੂ ਪ੍ਰੋਵਾਈਡ ਅ ਵੈਰੀ ਈਜ਼ੀ ਹੈ ਵੈਰੀ ਈਜ਼ੀ ਅ ਇਹ ਬਹੁਤ ਜ਼ਿਆਦਾ ਈਜ਼ੀ ਹੈ ਪ੍ਰੋਵਾਈਡ ਇਕਵਿਟੇਬਲ ਮੈਂ ਕਿਹਾ ਸੀ ਟੈਗ ਵਰਡ ਵਾਲੀ ਵੀਡੀਓ ਵਿੱਚ ਇਹ ਸ਼ਬਦ ਜਿੱਥੇ ਵੀ ਇਕਵਿਟੀ ਇਕਵਿਟੇਬਲ ਆਉਂਦਾ ਹੈ ਉਸ ਤੇ ਸ਼ੱਕ ਕਰਨਾ ਹੈ ਹੁਣ ਇਕਵਿਟੇਬਲ ਇਹਦੇ ਵਿੱਚ ਹੈ ਕਿ ਇਹਦੇ ਵਿੱਚ ਇਦਾਂ ਦਾ ਸ਼ਬਦ ਕੋਈ ਆਉਂਦਾ ਹੈ ਜਾਂ ਇਹ ਸਿਰਫ ਇਹ ਸ਼ਬਦ ਹੈ ਲੇਕਿਨ ਇਹ ਨਿਊਟਰਲ ਹੈ ਫੰਡ ਕਿਹਦੇ ਲਈ ਦਿੱਤਾ ਜਾ ਰਿਹਾ ਹੈ ਅੱਛਾ ਟੂ ਪ੍ਰੋਵਾਈਡ ਫਾਈਂਡ ਟੋਪਰ ਸਟੂਡੈਂਟ ਇਹ ਵੀਕ ਹੈ ਨੋ ਨੋ ਸੋ ਇਹ ਜਾ ਰਹੇ ਨੇ ਕੁਆਲਿਟੀ ਦੂਸਰਾ ਸ਼ਬਦ এডুকেਸ਼ਨ ਫॉर ऑल ਗਰਲਸ ਇਨਕਲੂਸਿਵ এডুকেਸ਼ਨ ਐਂਡ 트랜ਸਜੈਂਡਰ ਸੋ ਐਨੇ ਜਿਹੜੇ ਉਹ ਨੇ ਸਭ ਤੋਂ ਵੱਡੀ ਗੱਲ ਕਿ ਲੌਂਗ ਟੇਲ ਵਟ ਸ਼ੁੱਡ ਬੀ ਦਾ ਮੇਨ ਆਬਜੈਕਟਿਵ ਆਫ ਟੀਚਿੰਗ ਟੂ ਡੈਡੀਕੇਟ ਗੁੱਡ ਨੋਟਸ ਬੇੜਾ ਗਰਕ ਮਤਲਬ ਸਪੂਨ ਫੀਡਿੰਗ ਜਿਸ ਨੂੰ ਕਹਿੰਦੇ ਆ 댓 ਇਜ਼ ਵਾਈ ਥਿਸ ਇਜ਼ ਰਿਜੈਕਟਡ ਪ੍ਰੋਵਾਈਡ ਸਰ ਕੀ ਹੈ ਰਿਕੁਆਇਰਡ ਇਨਫੋਰਮੇਸ਼ਨ ਰਿਲੇਟਡ ਟੂ ਸਬਜੈਕਟ ਅ ਇੱਥੇ ਥੋੜਾ ਹੈ ਸ਼ੱਕ ਕਰ ਲੋ ਜੇ ਬਾਕੀ ਥਿੰਕਿੰਗ ਕ cognition ਨਾਲ ਰਿਲੇਟਡ ਟੂ ਡਵੈਲਪ ਥਿੰਕਿੰਗ ਪਾਵਰ ਆਫ ਸਟੂਡੈਂਟ ਆਲਵੇਜ਼ ਦੇਖੋ ਜਿਹੜੇ ਅ ਅੱਜ ਵੀ ਨਿਊ ਐਜੂਕੇਸ਼ਨ ਪਾਲਿਸੀ ਕੀ 2005 ਦਾ ਜਿਹੜਾ ਜਿਹੜਾ ਨੈਸ਼ਨਲ 커ਰਿਕਲਮ ਫਰੇਮਵਰਕ ਹੈ ਹੁਣ 2023 ਦਾ ਬਣ ਚੁੱਕਾ ਹੈ ਉਹਦੇ ਵਿੱਚ ਕੌਗਨੇਟਿਵ ਕਨਸਟਰਕਟਿਵਿਜ਼ਮ ਤੇ ਸੋਸ਼ਲ ਕਨਸਟਰਕਟਿਵਿਜ਼ਮ ਹੀ ਡੋਮਿਨੇਟ ਕਰ ਰਹੇ ਨੇ ਸੋ ਸਿਰਫ ਜਿੱਥੇ ਕੌਗਨੀਸ਼ਨ ਨੂੰ ਹਾਇਰ ਆਰਡਰ ਅ ਐਚ OTS higher order thinking skills bloom the taxonomy ਤੁਸੀਂ ਅੱਗੇ ਜਾ ਕੇ ਪੜੋਗੇ ਜਿਸ ਵਿੱਚ ਉੱਪਰ ਜਾ ਕੇ ਆ ਜਾਂਦੇ ਆ ਕ੍ਰੀਏਟਿੰਗ ਅ ਕ੍ਰੀਏਟਿੰਗ ਹੈਨਾ ਤੇ ਨਿਊ এডਿਕੇਸ਼ਨ ਪਾਲਿਸੀ ਨੇ ਕਿਹਾ ਕ੍ਰੀਏਟ a ਕ੍ਰੀਏਟਿਵ ਥਿੰਕਿੰਗ ਫਿਰ ਕ੍ਰਿਟੀਕਲ ਥਿੰਕਿੰਗ ਅਨਲਿਸਿਸ ਈਵੈਲੂਏਸ਼ਨ ਇਹ ਹਾਇਰ ਆਰਡਰ ਥਿੰਕਿੰਗ ਸਕਿੱਲ ਹੈ ਜੇ ਇਹ ਅਸੀਂ ਡਿਵੈਲਪ ਕਰਦੇ ਹਾਂ ਤਾਂ ਬੈਟਰ ਜਿਹੜਾ ਆਬਜੈਕਟਿਵ ਆਫ ਟੀਚਿੰਗ ਹੋਏਗਾ ਸੋ ਰਾਈਟ ਆਨਸਰ ਇੱਥੇ ਸੀ ਹੈ ਕਿ ਥਿੰਕਿੰਗ ਪਾਵਰ ਨੂੰ ਡਿਵੈਲਪ ਕਰਨਾ ਹੈ ਇਹ ਟੀਚਰ ਕੈਨ ਬੀ ਸਕਸੈਸ ਕੈਨ ਬੀ ਸਕਸੈਫੁਲ ਇਫ ਸ਼ੀ ਹੀ অর ਸ਼ੀ ਹੈਲਪ ਸਟੂਡੈਂਟ ਇਨ ਬਿਕਮਿੰਗ ਬੈਟਰ ਸਿਟੀਜ਼ਨ ਗੁੱਡ ਹਾਂ ਠੀਕ ਹੈ ਪ੍ਰੈਜ਼ੈਂਟ ਦਾ ਸਬਜੈਕਟ ਮੈਟਰ ਇਨ ਅ ਵੈਲ ਆਰਗਨਾਈਜ਼ਡ ਇਹ ਯਾਰ ਕੁਐਸਚਨ ਆਇਆ ਹੋਇਆ ਹੈ ਵੈਲ ਆਰਗੇਨਾਈਜ਼ ਮੈਟਰ ਹਾਂਜੀ ਇਹ ਵੀ ਚਾਹੀਦਾ ਹੈ ਇੰਪਾਰਟ ਸਬਜੈਕਟ ਨੌਲੇਜ ਟੂ ਸਟੂਡੈਂਟਸ ਇੰਪਾਰਟ ਸਬਜੈਕਟ ਨੌਲੇਜ ਟੂ ਇਹ ਵੀ ਕਰਨਾ ਹੈ ਦੇਖੋ ਇਹ ਕਿਹੜਾ ਕੁਐਸਚਨ ਬਣ ਗਿਆ ਬੈਸਟ ਆਨਸਰ ਇਹ ਚੋਂ ਲੱਭਣਾ ਹੈ ਕਿਉਂਕਿ ਬੈਟਰ ਸਿਟੀਜ਼ਨ ਵੀ ਬਣਾਣਾ ਹੈ ਔਰ ਆਰਗੇਨਾਈਜ਼ ਸਬਜੈਕਟ ਮੈਟਰ ਜਿਹੜਾ ਹੈ ਇਹ ਇਹ ਵੀ ਕਰਨਾ ਹੈ ਹੁਣ ਸਾਨੂੰ ਇਹ ਚੋਂ ਚੂਜ਼ ਕਰਨਾ ਪੈਣਾ ਪ੍ਰਪੇਅਰ ਸਟੂਡੈਂਟ ਟੂ ਪਾਸ ਐਗਜ਼ਾਮ ਪੂਅਰ ਡਿਸਟ੍ਰਕਸ਼ਨ ਪਾਸ ਵਾਲੀ ਟੈਗ ਵਰਡ ਵਿਦ ਦਿੱਤੀ ਗਈ ਹੈ ਇੰਪਾਰਟ ਸਿਰਫ ਡਿਲੀਵਰ ਕਰਨੀ ਹੈ ਸਬਜੈਕਟ ਨੋਲਜ ਟੂ ਸਟੂਡੈਂਟ ਇਸ ਲਈ ਸਿਰਫ ਡਿਲੀਵਰ ਕਰਨੀ ਹੈ ਇਹ ਇੰਪਾਰਟ ਕਰਨੀ ਹੈ ਇਹ ਵੀਕ ਬਣ ਗਿਆ ਇਸ ਨੂੰ ਡਿਲੀਟ ਕਰਦੇ ਹਾਂ ਨਾ ਦੋਨਾਂ ਵਿੱਚੋਂ ਰਾਈਟ ਆਨਸਰ ਹੈ ਆਰਗੇਨਾਈਜ਼ਡ ਸ਼ਬਦ ਜਿਹੜਾ ਹੈ ਜੇ ਟੀਚਿੰਗ ਕਲਾਸਰੂਮ ਚ ਦੇਖਣਾ ਹੈ ਕਲਾਸਰੂਮ ਚ ਦੇਖਣਾ ਹੈ ਤਾਂ ਇਹ ਰਾਈਟ ਆਨਸਰ ਹੋਏਗਾ ਆਨਸਰ ਕੀ ਵਿੱਚ ਵੀ ਇਹੀ ਹੈ ਅਦਰਵਾਇਜ਼ ਇਹ ਤੁਹਾਨੂੰ ਅਟਰੈਕਟ ਕਰੇਗਾ ਕਈ ਨੇ ਇਹ ਲਾਇਆ ਹੋਏਗਾ ਔਰ ਕਈ ਜਸਟੀਫਿਕੇਸ਼ਨ ਉਹਦੇ ਫੇਵਰ ਚ ਵੀ ਜਾਂਦੀਆਂ ਨੇ ਖੈਰ ਇੱਥੇ ਆਪਾਂ ਡਿਸਕਸ ਨਹੀਂ ਆਨਸਰ ਕੀ ਡਿਸਕਸ ਕਰ ਰਹੇ ਹਾਂ ਟੀਚਰ ਸ਼ੁੱਡ ਬੀ ਪੁਰਾਣਾ ਕੁਐਸਚਨ ਪਾਇਆ ਹੋਇਆ ਸਾਰੇ ਕੁਐਸਚਨ ਰਿਪੀਟ ਹੋ ਰਹੇ ਨੇ ਆਹ ਓਨੈਸਟ ਡਿਲੀਜੈਂਟ ਡਿਊਟੀਫੁਲ ਪੰਕਚੁਅਲ ਹੁਣ ਇਹਦੇ ਵਿੱਚੋਂ ਡਿਲੀਟ ਕਰੋ ਕਿ ਓਨੈਸਟ ਤਾਂ ਚਾਹੀਦਾ ਹੈ ਓਨੈਸਟੀ ਇਕੱਲੀ ਕੀ ਕਰੇਗੀ ਹਾਂ ਆਹ ਡਿਲੀਜੈਂਟ ਮਿਹਨਤੀ ਚਾਹੀਦਾ ਹੈ ਬਿਲਕੁਲ ਪਰ ਮਿਹਨਟਲੀ ਡਾਇਰੈਕਸ਼ਨ ਵਿੱਚ ਆਹੀਦੀ ਡਿਊਟੀਫੁਲ ਜਿਆਦਾ ਕੰਪਰੀਹੈਂਸਿਵ ਬਨ ਰਿਹਾ ਪੰਕਚੁਅਲ ਟਾਈਮ ਸਤਾਰ ਰਿਹਾ ਲੇਕਿਨ ਕਲਾਸ ਚ ਜਾ ਕੇ ਪੜਾ ਨਹੀਂ ਰਿਹਾ ਤੁਸੀਂ ਉਸੇ ਹੀ ਸ਼ਬਦ ਦੀ ਵਿਸ਼ੇਸ਼ਤਾ ਦੇ ਵਿਰੋਧੀ ਚੀਜ਼ ਰਿਲੇਟਡ ਚੀਜ਼ਾਂ ਦੇਖਣੀ ਆ ਕਿ ਉਹ ਚੀਜ਼ਾਂ ਇੱਥੇ ਕਵਰ ਹੋ ਰਹੀਆਂ ਡਿਊਟੀਫੁਲ ਚ ਸਭ ਤੋਂ ਜਿਆਦਾ ਚੀਜ਼ਾਂ ਕਵਰ ਹੋ ਰਹੀਆਂ ਸਾਰਾ ਕੁਝ ਪੰਕਚੁਐਲਿਟੀ ਉਹਦੇ ਵਿੱਚ ਆ ਰਿਹਾ ਹੈ ਚਲੋ ਖੈਰ ਇੱਥੇ ਡਿਸਕਸ ਨਹੀਂ ਕਰਨਾ এনवायरमेंटल এডਿਕੇਸ਼ਨ ਸ਼ੁੱਡ ਬੀ ਟਾਟ ਇਨ ਸਕੂਲ ਬਿਕੋਜ਼ ਇਟ ਵਿਲ ਅਫੈਕਟ এনवायरमेंट ਪੋਲੂਸ਼ਨ ਨੈਰੋ ਹੋ ਗਿਆ ਨਾ ਬਿਲਕੁਲ ਨੈਰੋ ਹੋ ਗਿਆ ਵਿਲ ਅਫੈਕਟ ਦਾ ਪੋਲੂਸ਼ਨ ਸਿਰਫ ਸਿਰਫ ਦੇਖੋ এনवायरमेंटਲ এডਿਕੇਸ਼ਨ ਸਿਰਫ ਪੋਲੂਸ਼ਨ ਲਈ ਕਰ ਰਹੀ ਹੈ ਸਸਟੇਨੇਬਲ ਡਿਵੈਲਪਮੈਂਟ ਹੈਲਥ ਬਹੁਤ ਜ ਬਹੁਤ ਸਾਰੇ ਫੈਕਟਰ ਇਟ ਵਿਲ ਪ੍ਰੋਵਾਈਡ ਜੌਬ ਵਟ ਸਿਰਫ ਜੌਬ ਲਈ ਉਹ ਵੀ ਕੈਨੋਟ ਐਸਕੇਪ ਫਰੋਮ এনवायरमेंट ਇਟ ਇਜ਼ ਪਾਰਟ ਆਫ ਲਾਈਫ ਦ ਮੋਸਟ ਕੰਪਰੀਹੈਂਸਿਵ ਕਿਹੜਾ ਹੈ ਇਹ ਇਹ ਬਾਕੀ ਥੋੜੇ ਉਹਦੇ ਪਾਰਟ ਹੈ ਉਹਦਾ ਪਾਰਟ ਹੈ ਹਨਾ ਇਹ ਪੋਲੂਸ਼ਨ ਇੱਕ ਪਾਰਟ ਹੈ ਜੌਬ ਇੱਕ ਪਾਰਟ ਹੈ ਔਰ ਅਸੀਂ ਇਹ ਜਿਹੜਾ এনवायरमेंट ਤੋਂ ਐਸਕੇਪ ਨਹੀਂ ਕਰ ਸਕਦੇ 네ਗੇਟਿਵ ਹੈ ਹਨਾ ਚਲੋ ਸ਼ਾਮਿਲ ਕਰ ਲਿਆ ਪਰ ਲਾਈਫ ਇਹ ਸਾਰਾ ਸਰਕਲ ਕਵਰ ਹੋ ਰਿਹਾ ਹੈ ਦੈਟ ਇਜ਼ ਵਾਈ ਇਸ ਨੂੰ ਰਾਈਟ ਆਨਸਰ ਮੰਨਾਂਗੇ ਫੋਰਥ ਨੂੰ ਨਵੋਦਿਆ ਸਕੂਲ ਹੈਵ ਬੀਨ ਐਸਟੈਬਲਿਸ਼ਡ ਪ੍ਰੋਵਾਈਡ ਗੁੱਡ ਐਜੂਕੇਸ਼ਨ ਰੂਰਲ ਏਰੀਆ ਇਨਕਰੀਜ਼ ਨੰਬਰ ਆਫ ਸਕੂਲ ਇਨ ਰੂਰਲ ਏਰੀਆ ਚੈੱਕ ਵੇਸਟੇਜ ਐਜੂਕੇਸ਼ਨ ਇਨ ਰੂਰਲ ਏਰੀਆ ਕੰਪਲੀਟ ਸਰਵ ਸਿੱਖਿਆ ਅਭਿਆਨ ਇਦਾਂ ਨਹੀਂ ਹੈ ਕਿ ਇੱਕ ਅਭਿਆਨ ਸ਼ੁਰੂ ਕਰਨ ਲਈ ਵੈਸੇ ਗੁੱਡ ਕੁਐਸਚਨ ਹੈ ਸੋ ਪ੍ਰੋਵਾਈਡ ਗੁੱਡ ਐਜੂਕੇਸ਼ਨ ਇਨ ਰੂਰਲ ਏਰੀਆ ਟੈਲੈਂਟਡ ਬੱਚਿਆਂ ਨੂੰ ਇਹ ਅਸੀਂ ਪਹਿਲਾਂ ਕਰ ਚੁੱਕੇ ਆ ਊਮਨ ਆਰ ਬੈਟਰ ਟੀਚਰ ਐਟ ਪ੍ਰਾਇਮਰੀ ਲੈਵਲ ਸਾਰੇ ਕੁਐਸਚਨ ਰਿਪੀਟ ਹੋ ਰਹੇ ਸਾਰੇ ਕੁਐਸਚਨ ਆਏ ਹੋਏ ਆ ਪਿੱਛੇ ਆ ਦੇ ਆਰ ਰੈਡੀ ਟੂ ਵਰਕ ਵਿਦ ਲੋ ਸੈਲਰੀ ਹਾਇਰ ਰੱਬਾ ਨੈਰੋ ਹੋ ਗਿਆ ਨਾ ਉਹਨਾਂ ਦੀ ਪਰਸਨੈਲਿਟੀ ਦਾ ਇੱਕ ਪਾਰਟ ਹੈ ਕਿ ਯਾਰ ਮਾਂ ਕੌਣ ਬੰਦਾ ਹੈ ਇਹ ਕਦੇ ਮੇਲ ਮਾਂ ਨਹੀਂ ਬੰਦਾ ਫੀਮੇਲ ਹੀ ਬੰਦੀ ਹੈ 9 ਮਹੀਨੇ ਪੇਟ ਚ ਰੱਖਿਆ ਜਾਂਦਾ ਉਸ ਤੋਂ ਬਾਅਦ ਅਟੈਚਮੈਂਟ ਹੁੰਦੀ ਹੈ ਉਸ ਤੋਂ ਬਾਅਦ ਕੇਅਰਿੰਗ ਹੁੰਦੀ ਹੈ ਇੱਕ ਇੱਕ ਇਨਸਟਿੰਕਟ ਇੱਕ ਪੈਰੈਂਟਲ ਇਨਸਟਿੰਕਟ ਜਿਹੜੀ ਹੈ ਆ ਆਟੋਮੈਟਿਕ ਹਰ ਹਾਲਤ ਚ ਉਹ ਹੈ ਨਹੀਂ ਗਾਣਾ ਉਹ ਮਾਂ ਤੁਝੇ ਸਲਾਮ ਤੇਰੇ ਬੱਚੇ ਤੁਝ ਕੋ ਪਿਆਰੇ 라ਵਣ ਹੋ ਜਾਂ ਰਾਮ ਸਾਰੇ ਪਿਆਰੇ ਆ ਸੋ ਪਿਆਰ ਵਾਲੀ ਗੱਲ ਕੋਈ ਵੱਡੀ ਗੱਲ ਚ ਮਿਲਦੀ ਹੈ ਦੇ ਆਰ ਇਹ ਲੋ ਬਣ ਗਿਆ ਲੋ ਤੇ ਔਰ ਦੇ ਬਿਹੇਵ ਮੋਰ ਪੇਸ਼ੈਂਟਲੀ ਵਿਦ ਹੈਨਾ ਇਹ ਵਾਲਾ ਥੋੜਾ ਠੀਕ ਹੈ ਵੀ ਹਾਇਰ ਕੁਆਲੀਫਿਕੇਸ਼ਨ ਇਜ਼ ਨਾਟ ਨੀਡੇਡ ਇਨ ਥਿਸ professions ਇਰੈਲੇਵੈਂਟ ਦੇ ਹੈਵ ਲੈਸ ਚਾਂਸ ਵੈਰੀ ਬੈਡ ਸੋ ਇ ਨੈਗੇਟਿਵ ਹੈ ਹੈਨਾ ਹਾਂ ਇੱਕ ਬਾਪ ਨੇ ਬੱਚਾ ਪਾਲਣਾ ਹੋਵੇ ਇਹ ਨਹੀਂ ਹੈ ਕਿ ਪਾਲਣ ਵਾਲੇ ਨਹੀਂ ਹੈ ਮੇਰੇ ਦੋਸਤ ਨੇ ਸਿਮਰਨਜੀਤ ਸਰ ਨੇ ਆਪਣੀ ਗੁੜੀਆਂ ਨੂੰ ਮਤਲਬ ਬਹੁਤ ਅੱਛਾ ਪਾਲ ਰਹੇ ਨੇ ਮਤਲਬ ਮੇਲ ਵਿੱਚ ਵੀ ਉਹ ਵਾਲੇ ਗੁਣ ਕਿਤੇ ਕਿਤੇ ਹੋ ਸਕਦੇ ਨੇ ਪਰ ਲਾਰਜ ਸਕੇਲ ਵਿੱਚ ਫੀਮੇਲ ਵਿੱਚ ਹੀ ਹੁੰਦੇ ਨੇ ਮਨਦੀਪ ਸਰ ਮੈਨੂੰ ਯਾਦ ਆ ਰਹੇ ਨੇ ਪਾਤੜਾਂ ਦੇ ਉਹ ਵੀ ਆਪਣੀ ਬੇਟੀ ਨੂੰ ਬੜਾ ਪੂਰਾ ਟਾਈਮ ਦਿੰਦੇ ਆ ਪਾਲਣ ਲਈ ਅੱਗੇ ਚੱਲਦੇ ਆ ਸਟੂਡੈਂਟ ਕਮਜ਼ ਲੇਟ ਇਨ ਯੋਰ ਕਲਾਸ ਦੈਨ ਯੂ ਵਿਲ ਟ੍ਰੈਡੀਸ਼ਨਲ ਟਾਈਪ ਆਫ ਕੁਐਸਚਨ ਆਏ ਨੇ ਪਿਛਲੀ ਵਾਰ ਜਿਹੜੇ ਅ ਅਮਿਤ ਕੌਰ ਸਰ ਕੁਐਸਚਨ ਪਾਇ ਸੀ ਟੀਚਿੰਗ ਪੋਟੈਂਸ਼ੀਅਲ ਵਾਲੇ ਜਾਣ ਵਾਲੇ ਸੀ ਇਹ ਚੱਕੇ ਹੋਏ ਕੁਐਸਚਨ ਨੇ ਸਾਰੇ ਅ ਸੋ ਅ ਸਟੂਡੈਂਟ ਕਮਸ ਔਰ ਲੇਟ ਯੂ ਵਿਲ ਇਨਫੋਰਮ ਦਾ ਪੇਰੈਂਟਸ ਜਦੋਂ ਅਸੀਂ ਕਿਸੇ ਹੋਰ ਨੂੰ ਜ਼ਿੰਮੇਵਾਰੀ ਦਿੰਨੇ ਆ ਉਹ ਅਸੀਂ ਕੰਪੀਟੈਂਟ ਨਹੀਂ ਹੁੰਦੇ ਤੁਸੀਂ ਜੇ ਪੇਰੈਂਟਸ ਨੂੰ ਹੈਡਸ ਨੂੰ ਦੋਸ਼ ਦਿੰਦੇ ਹੋ ਇਸ ਲਈ ਇਦਾਂ ਦਾ ਆਪਸ਼ਨ ਹਮੇਸ਼ਾ ਗਲਤ ਹੁੰਦਾ ਹੈ 네ਗੇਟਿਵ ਤਾਂ ਦੇਣਾ ਹੀ ਨਹੀਂ ਪੇਨ ਬੱਚੇ ਨੂੰ ਦੇਣ ਸ਼ੁਰੂ ਹੋ ਜਗੇ ਨੋ ਕੋਈ ਅਟੈਨਸ਼ਨ ਨਹੀਂ ਦੇਣੀ ਫਿਰ ਤੁਸੀਂ ਟੀਚਰ ਕਹਦੇ ਆ ਟੀਚਰ ਦਾ ਮਤਲਬ ਹੈ ਉਹਨੇ ਮੋਡੀਫਾਈ ਕਰਨਾ ਹੈ ਬਿਹੇਵੀਅਰ ਨੂੰ ਬੱਚਾ ਕੀ ਤਿੰਨੋਂ ਡਿਲੀਟ ਕਰ ਦੇ ਟ੍ਰਾਈ ਟੂ ਨੋ ਦਾ ਰੀਜ਼ਨ ਦਾ ਬੈਸਟ ਆਪਸ਼ਨ ਇੱਥੇ ਰੀਜ਼ਨ ਇਸ ਇਹ ਵਾਲੇ ਇਹ ਵਾਲੀ ਚੀਜ਼ ਜਿੱਥੇ ਵੀ ਆਏਗੀ ਉੱਥੇ ਰਾਈਟ ਆਨਸਰ ਹੋਏਗਾ ਹੂ ਇਸ ਨੋਜ਼ ਐਸ ਦਾ ਫਾਦਰ ਆਫ ਕੰਪਿਊਟਰ ਬੈਬੇਜ ਜੀ ਸਾਹਿਬ ਬੈਬੇਜ ਸਾਹਿਬ ਇਹ ਤਾਂ ਬਹੁਤ ਜ਼ਿਆਦਾ ਆਪ ਪੜਦੇ ਆ ਨੈਸ਼ਨਲ ਲਿਟਰੇਸੀ ਮਿਸ਼ਨ ਵਾਸ ਐਸਟੈਬਲਿਸ਼ਡ ਇਨ 2000 ਵਿੱਚ ਨਹੀਂ 88 ਵਿੱਚ ਵੀ ਨਹੀਂ 88 ਵਿੱਚ ਨਹੀਂ ਇਹ ਕਰ ਲੈਣੇ ਆ ਇਹ ਵਾਲਾ ਰਾਈਟ ਆਨਸਰ ਓਕੇ ਐਸ ਟਾਈਪ ਟੈਸਟ ਆਰ ਨਾਟ ਰਿਲਾਈਅਬਲ ਬਿਕੋਜ਼ ਦੇਰ ਚੈਕਿੰਗ ਏ ਇਜ਼ ਅਫੈਕਟਿੰਗ ਬਾਏ ਐਗਜ਼ਾਮੀਨਰ ਮੂਡ ਬਿਲਕੁਲ ਬਿਲਕੁਲ ਸਬਜੈਕਟਿਵਿਟੀ ਕਿਨੂੰ ਕਹਿੰਦੇ ਆ ਇਹ ਇਹ ਟੈਸਟ ਦਿੱਤਾ ਤੁਸੀਂ ਇਹ ਮੈਂ ਐਗਜ਼ਾਮੀਨਰ ਹਾਂ ਔਰ ਮੈਂ ਮੇਰਾ ਮੈਨੂੰ ਗੁੱਸਾ ਚੜਿਆ ਹੋਇਆ ਹੈ ਔਰ ਐਗਰੈਸ਼ਨ ਮੇਰਾ ਹਾਈ ਹੈ ਮੈਂ ਬੱਚਿਆਂ ਦੀ ਰੈਂਕਿੰਗ ਤੋਂ ਜਿੱਥੇ 10 ਮਾਰਕਸ ਆਉਣੇ ਸੀ ਮੈਂ ਉਹਨਾਂ ਨੂੰ 7 ਮਾਰਕਸ ਦਿੱਤੇ ਹਨਾ ਇਫੈਕਟ ਹੋ ਗਿਆ ਸੋ ਥਿਸ ਇਜ਼ ਰਾਈਟ ਆਨਸਰ ਟੂ ਰੇਜ਼ ਦਾ ਸਟੈਂਡਰਡ ਆਫ ਐਜੂਕੇਸ਼ਨ ਇਟ ਇਜ਼ ਨੈਸੈਸਰੀ ਟੂ ਸਾਰੇ ਕੁਐਸਚਨ ਪਿੱਛੋਂ ਚੱਕ ਕੇ ਪਾਏ ਹੋਏ ਆ ਇਟ ਇਜ਼ ਨੈਸੈਸਰੀ ਟੂ ਰਿਵਾਈਜ਼ ਕਰਿਕੂਲਮ ਰਿਵਾਈਜ਼ ਕਰਿਕੂਲਮ ਠੀਕ ਹੈ ਲੇਕਿਨ ਇੰਨਾ ਜ਼ਿਆਦਾ ਟੂ ਮੇਕ ਗੁੱਡ ਸਕੂਲ ਬਿਲਡਿੰਗ ਸਿਰਫ ਬਿਲਡਿੰਗ ਅੱਛੀ ਬਣਾਉਣ ਨਾਲ ਹਨਾ ਉਹ ਕਹਿੰਦੇ ਨੇ ਖੂਬ ਨੇ ਝਾਂਜਰਾਂ ਛਣਕਣ ਲਈ ਝਾਂਜਰਾਂ ਸੋਨੇ ਦਾ ਜੇਵਰਾਤ ਦਾ ਤੁਹਾਡੇ ਮਹਿਲਾਂ ਦਾ ਕਾਰਾਂ ਦਾ ਰਿਚਨੈਸ ਦਾ ਅਮੀਰੀ ਦਾ ਸੰਕੇਤ ਹੈ ਖੂਬ ਨੇ ਇਹ ਝਾਂਜਰਾਂ ਛਣਕਣ ਲਈ ਪਰ ਕੋਈ ਚਾ ਵੀ ਤਾਂ ਦੇ ਨੱਚਣ ਲਈ ਝਾਂਜਰਾਂ ਕੀ ਕਰਨਗੀਆਂ ਜੇ ਦਿਲ ਹੀ ਖੁਸ਼ ਨਹੀਂ ਹੈ ਦਿਲ ਦੁਖੀ ਹੈ ਤਾਂ ਨੱਚਿਆ ਨਹੀਂ ਜਾਂਦਾ ਸੋ ਮਟੀਰੀਅਲ ਨਾਲ ਅਸੀਂ ਅੱਛੀ ਐਜੂਕੇਸ਼ਨ ਨਹੀਂ ਬਣਾ ਸਕਦੇ ਅੱਛੀ ਐਜੂਕੇਸ਼ਨ ਨੀਤ ਨਾਲ ਬਣਨੀ ਹੈ ਗਵਰਨਮੈਂਟ ਕੋ ਜੋ ਨਹੀਂ ਹੈ ਈਵੈਲਿਊਏਟ ਸਟੂਡੈਂਟ ਕੰਟੀਨਿਊਸਲੀ ਗਿਵ ਹਾਈ ਸੈਲਰੀ ਸੋ ਦੇਖੋ ਡਿਲੀਟ ਕਰੋ ਹਾਈ ਸੈਲਰੀ ਨਾਲ ਸਾਰਾ ਕੁਝ ਹੋ ਜਾਏਗਾ ਕਿ ਪਿੱਛੇ ਗਿਆ ਸਟੈਂਡਰਡ ਆਫ ਐਜੂਕੇਸ਼ਨ ਸਿਰਫ ਇੱਕ ਪਾਰਟ ਨਾ ਹੈ ਸਟੈਂਡਰਡ ਆਫ ਐਜੂਕੇਸ਼ਨ ਸੌਰੀ ਸਟੈਂਡਰਡ ਆਫ ਐਜੂਕੇਸ਼ਨ ਜਿਹੜਾ ਹੈ ਉਹ ਸਟੂਡੈਂਟਸ ਕਿੱਥੇ ਗਏ ਸਟੂਡੈਂਟਸ ਸਿਰਫ ਟੀਚਰ ਦਾ ਸੋਚ ਲਿਆ ਇੱਥੇ ਇਹ ਵੀ ਇਸ ਲਈ ਰੋਂਗ ਹੋ ਗਿਆ ਸੋ ਰਾਈਟ ਆਨਸਰ ਇਜ਼ ਜੋ ਬਚਿਆ ਇਵੈਲੂਏਟ ਸਟੂਡੈਂਟਸ ਸੈਂਟਰਲ ਆਈਡੀਆ ਦੂਸਰਾ ਕਿ ਇਵੈਲੂਏਟ ਇਵੈਲੂਏਟ ਕਰਕੇ ਕੀ ਹੋਇਆ ਸਾਨੂੰ ਪਤਾ ਲੱਗਾ ਫੀਡਬੈਕ ਮਿਲੀ ਕਿਹੜੇ ਨੈਗੇਟਿਵ ਆਸਪੈਕਟ ਨੇ ਕਿਹੜੇ ਪੋਜ਼ਿਟਿਵ ਆਸਪੈਕਟ ਨੇ ਔਰ ਨੈਗੇਟਿਵ ਨੂੰ ਕੰਟੀਨਿਊਸਲੀ ਹੈ ਨੈਗੇਟਿਵ ਨੂੰ ਪੋਜ਼ਿਟਿਵ ਚ ਕਨਵਰਟ ਕਰ ਰਹੇ ਆ ਫੇਰ ਕੰਟੀਨਿਊਸਲੀ ਮਤਲਬ ਫੇਰ ਇਵੈਲੂਏਟ ਕਰ ਰਹੇ ਆ ਫੇਰ ਇੰਪਰੂਵ ਕਰ ਰਹੇ ਆ ਫੇਰ ਕਰ ਲਏ ਆ ਹਨਾ ਉਹ ਹੈ ਨਾ ਟੋਟਲ ਕੁਆਲਿਟੀ ਮੈਨੇਜਮੈਂਟ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਹੈ ਉਹ ਕੰਟੀਨਿਊਸ ਇਹੀ ਗੱਲ ਕਰ ਰਹੀ ਹੈ ਫੀਡਬੈਕ ਫੀਡਬੈਕ ਫੀਡਬੈਕ